ਜੇ ਤੁਸੀਂ ਵੀ ਪੀਟੀ ਕੋਰ ਦੇ ਬੱਚੇ ਹੋ ਤੇ ਤੁਸੀਂ ਸਮਰਾਈਜ਼ ਰਿਟਨ ਟੈਕਸਟ ਜਾਂ ਫਿਰ ਰੀਡਿੰਗ ਜਾਂ ਸਮਰਾਈਜ਼ ਸਪੋਕਨ ਟੈਕਸਟ ਨੂੰ ਲੈ ਕੇ ਕਨਫਿਊਜ਼ ਹੋ ਵੀ ਪੇਪਰ 'ਚ ਕੁਝ ਹੋਰ ਆਉਂਦਾ ਹੈ ਤੁਹਾਡਾ ਐਗਜ਼ਾਮ ਦੀ ਪ੍ਰੈਪਰੇਸ਼ਨ ਜਿਹੜੀ ਤੁਸੀਂ ਕਰਦੇ ਹੋ ਕੋਈ ਵੀ ਅਲਫਾ ਪੀਟੀ ਏਪੀ ਹੋਣੀ ਜਾਂ ਫਿਰ ਕੋਈ ਵੀ ਆਨਲਾਈਨ ਸਾਈਟ ਤੁਸੀਂ ਖਰੀਦਦੇ ਹੋ ਉਹਦੇ ਵਿੱਚ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਜੋ ਤੁਸੀਂ ਪੇਪਰ ਦੇ ਵਿੱਚ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਸਭ ਤੋਂ ਪਹਿਲੀ ਚੀਜ਼ ਜਿਹੜੀ ਸਮਰੀ ਤੁਹਾਨੂੰ ਆਉਗੀ ਐਗਜ਼ਾਮ ਦੇ ਵਿੱਚ ਉਹ ਕਦੇ ਵੀ ਸਿੰਪਲ ਇੱਕ ਪੈਸੇਜ ਨਹੀਂ ਆਉਣਗੇ ਉੱਥੇ ਇੱਕ ਈਮੇਲ ਆਉਗੀ ਤੁਸੀਂ ਈਮੇਲ ਤੋਂ ਸਮਰਾਈਜ਼ਡ ਰਿਟਨ ਟੈਕਸਟ ਬਣਾਉਣੀ ਹੋਊਗੀ ਸੋ ਇੱਥੇ ਤੁਸੀਂ ਪ੍ਰਪੇਅਰ ਕਰੀਏ ਉਹਨਾਂ ਇੱਕ ਸਿੰਪਲ ਪੈਸੇਜ ਜਿਹਦੇ ਵਿੱਚ ਤੁਸੀਂ ਲਾਈਨਾਂ ਨੂੰ ਚੱਕਦੇ ਹੋ ਐਂਡ ਲਗਾਉਨੇ ਆ ਜਾਂਦੇ ਹੋ ਉਹ ਚੀਜ਼ ਉੱਥੇ ਕੰਮ ਨਹੀਂ ਕਰਦੀ ਸੈਕੰਡਲੀ ਰੀਡਿੰਗ ਦੇ ਰੀਡਿੰਗ ਦੇ ਵਿੱਚ ਤੁਹਾਨੂੰ ਚੈਟਸ ਵੀ ਆ ਸਕਦੀਆਂ ਪਰਸਨ 1 ਪਰਸਨ 2 ਕਰਕੇ ਉਹਦੇ ਵਿੱਚ ਤੁਸੀਂ ਬਲੈਂਕਸ ਭਰਨੀਆਂ ਹੋਣਗੀਆਂ ਉਸ ਤੋਂ ਬਾਅਦ ਜਿਹੜੀ ਸਮਰੀ ਹੈ ਸਮਰਾਇਜ਼ ਸਪੋਕਨ ਟੈਕਸਟ ਬਹੁਤ ਗਲਤ ਤਰੀਕੇ ਨਾਲ ਤੁਸੀਂ ਅਟੈਂਪਟ ਕਰ ਰਹੇ ਹੋ ਜੇ ਤੁਸੀਂ ਇਕੱਲੇ ਕੀਵਰਡਸ ਚੱਕ-ਚੱਕ ਕੇ ਵਿੱਚ ਰੱਖ ਰਹੇ ਹੋ ਮੈਂ 50 ਪਲੱਸ ਵਾਲਿਆਂ ਲਈ ਨਹੀਂ ਕਹਿ ਰਿਹਾ 80 ਪਲੱਸ ਵਾਲਿਆਂ ਲਈ 80 ਪਲਸ ਵਾਲੇ ਬੱਚਿਆਂ ਨੂੰ ਉਹ ਚੀਜ਼ ਨੂੰ ਸਮਝ ਕੇ ਸਮਝਾਉਣਾ ਪੈਣਾ ਆਪਦੀਆਂ ਦੋਹਾਂ ਲਾਈਨਾਂ ਦੇ ਵਿੱਚ ਕਿਉਂਕਿ 30 ਵਰਡਸ ਦੇ ਵਿੱਚ ਤੁਸੀਂ ਸਮਝਾਉਣਾ ਜਿਹੜਾ ਕਿ ਪਹਿਲਾ ਚੀਜ਼ ਤੁਸੀਂ ਪੰਜਾਬ ਤੋਂ 70 ਵਰਡ ਚ ਸਮਝਾਉਂਦੇ ਸੀ ਪੀਟੀ ਅਕੈਡਮੀ ਵਾਲੇ ਸੋ ਉਹਨਾਂ ਨੂੰ ਕੰਪਿਊਟਰ ਫੁੱਲ ਸਕੋਰ ਨਹੀਂ ਦਿੰਦਾ ਸੀ ਸੋ 30 ਵਰਡਸ ਦੇ ਵਿੱਚ ਕਿੰਨਾ ਕੁ ਜ਼ਿਆਦਾ ਆਥੈਂਟਿਕ ਮਟੀਰੀਅਲ ਉਹ ਭਾਲਦੇ ਆ ਤੁਹਾਨੂੰ ਵੀ ਇਹ ਚੀਜ਼ ਕਲੀਅਰ ਹੈ ਪੀਟੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੀਟੀ ਉਹ ਚੀਜ਼ ਨਹੀਂ ਜੋ ਤੁਸੀਂ ਸਮਝਦੇ ਹੋ ਪੀਟੀ ਤੁਹਾਡੀ ਡੈਪਥ ਦੇ ਵਿੱਚ ਚੀਜ਼ਾਂ ਨੂੰ ਚੈੱਕ ਕਰਦਾ ਹੈ ਤੇ ਡੇ ਬਾਏ ਡੇ ਅਪਡੇਟ ਵੀ ਹੁੰਦਾ ਜਾ ਰਿਹਾ ਸੋ ਸਾਡਾ ਪੋਰਟਲ ਹੈ ਜਿਹੜਾ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਫੋਲੋ ਕਰਵਾ ਕੇ ਪ੍ਰੈਕਟਿਸ ਕਰਵਾ ਕੇ ਉੱਥੇ ਪ੍ਰਿਪੇਅਰ ਕਰਕੇ ਭੇਜਦਾ ਜੇ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਜੁਆਇਨ ਕਰਨਾ ਸਾਡੇ ਡੈਮੋ ਫ੍ਰੀ ਆਫ ਕਾਸਟ ਹੈ ਤੁਸੀਂ ਥੱਲੇ ਦਿੱਤੇ ਨੰਬਰਾਂ ਤੇ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ